ਨੀਟ ਯੂਜੀ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ। NTA ਨੇ ਦੁਬਾਰਾ ਲਏ ਗਏ ਪੇਪਰ ਦਾ ਨਤੀਜਾ ਜਿਹੜਾ ਉਹ ਜਾਰੀ ਕੀਤਾ ਹੈ 23 ਜੂਨ ਨੂੰ। 1563 ਉਹ ਵਿਦਿਆਰਥੀ ਨੇ, ਗ੍ਰੇਸ ਮਾਰਕਸ ਵਾਲੇ ਵਿਦਿਆਰਥੀ ਨੇ, ਜਿਨ੍ਹਾਂ ਦਾ ਪੇਪਰ ਦੁਬਾਰਾ ਕੰਡਕਟ ਕੀਤਾ ਗਿਆ ਸੀ, ਤਾਂ 23 ਜੂਨ ਨੂੰ 1563 ਵਿਦਿਆਰਥੀਆਂ ਦਾ ਮੁੜ ਪੇਪਰ ਹੋਇਆ ਸੀ। ਗ੍ਰੇਸ ਨੰਬਰਾਂ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਹੋਈ ਸੀ, ਜਿਸ ਤੋਂ ਬਾਅਦ ਹੁਣ ਦੁਬਾਰਾ ਨਤੀਜੇ ਜਿਹੜੇ ਨੇ ਜਾਰੀ ਕੀਤੇ ਗਏ ਨੇ। ਤਾਂ 1563 ਵਿਦਿਆਰਥੀਆਂ ਦਾ ਦੁਬਾਰਾ ਤੋਂ ਪੇਪਰ ਲਿਆ ਗਿਆ ਸੀ। NTA ਨੇ ਦੁਬਾਰਾ ਪੇਪਰ ਲਏ ਦਾ ਨਤੀਜਾ ਜਿਹੜਾ ਅੱਜ ਜਾਰੀ ਕਰ ਦਿੱਤਾ। ਇਹਨਾਂ ਵਿਦਿਆਰਥੀਆਂ ਦਾ ਨਤੀਜਾ ਵੈਬਸਾਈਟ 'ਤੇ, ਓਫੀਸ਼ੀਅਲ ਵੈਬਸਾਈਟ 'ਤੇ ਉਪਲਬਧ ਹੈ। ਤਾਂ ਨੀਟ UG ਦੇ ਨਤੀਜੇ ਦਾ ਅੱਜ ਐਲਾਨ ਹੋ ਗਿਆ। 23 ਜੂਨ ਨੂੰ ਇਹ ਪੇਪਰ ਜਿਹੜਾ। ਤਾਂ ਸਾਡੇ ਸਹਿਯੋਗੀ ਦਿਲਜੀਤ ਇਸ ਵਕਤ ਫੋਨ ਲਾਈਨ ਤੇ ਜੁੜ ਚੁੱਕੇ ਨੇ। ਦਿਲਜੀਤ, ਜਿਸ ਤਰ੍ਹਾਂ ਵੇਖਿਆ ਗਿਆ ਸੀ ਕਿ NTA ਦੇ ਵੱਲੋਂ ਗ੍ਰੇਸ ਮਾਰਕਸ ਵਾਲੇ ਵਿਦਿਆਰਥੀਆਂ ਦਾ ਦੁਬਾਰਾ ਪੇਪਰ ਕਰਵਾਇਆ ਗਿਆ ਸੀ, ਤੇ ਅੱਜ ਉਹਨਾਂ ਵਿਦਿਆਰਥੀਆਂ ਦਾ ਜਿਨ੍ਹਾਂ ਦਾ ਮੁੜ ਪੇਪਰ ਸੀ, ਨਤੀਜਾ ਆਇਆ। ਮੁੜ ਜਿਹੜਾ ਪੇਪਰ ਜਦੋਂ 23 ਜੂਨ ਨੂੰ ਕਹਿ ਸਕਦੇ ਪਹਿਲਾਂ ਪੇਪਰ ਲੀਕ ਹੁੰਦਾ ਤੇ ਉਸ ਤੋਂ ਬਾਅਦ NTA ਵੱਲੋਂ ਦੁਬਾਰਾ ਪੇਪਰ 23 ਜੂਨ ਨੂੰ ਲਿੱਤੇ ਜਾਂਦਾ, ਜਿਸ ਦੇ ਵਿੱਚ ਕਿ ਤਕਰੀਬਨ 1563 ਵਿਦਿਆਰਥੀਆਂ ਦਾ ਨਵਾਂ ਐਲਾਨ ਕੀਤਾ ਜਾਂਦਾ ਕਿ ਇਹਨਾਂ ਜਿਹੜੇ ਕਿ ਦੁਬਾਰਾ ਪੇਪਰ ਲਿੱਤਾ ਜਾਵੇਗਾ। ਪਰ ਕਿਤੇ ਨਾ ਕਿਤੇ 813 ਵਿਦਿਆਰਥੀ ਹੀ ਕੇਵਲ ਇਹ ਜਿਹੜਾ ਕਿ ਪੇਪਰ ਦਿੰਦੇ ਆ, ਪਰ ਅੱਜ ਇਸਦਾ ਰਿਜ਼ਲਟ ਹੋ ਆ ਚੁੱਕਿਆ ਤੇ ਜੋ ਪੂਰਾ ਵਿਵਾਦ ਸੀ ਉਸ ਤੋਂ ਬਾਅਦ ਅੱਜ ਇਸਦਾ ਰਿਜ਼ਲਟ ਆ ਗਿਆ। ਕੇਵਲ 813 ਵਿਦਿਆਰਥੀ, ਇਹਨਾਂ ਦੇ ਵਿੱਚ ਦੇਖਣਾ ਹੋਵੇ ਕਿ ਕਿਹੜਾ ਅੱਗੇ ਰਿਹਾ। ਪਰ ਕਿਤੇ ਨਾ ਕਿਤੇ ਇਹ ਵੀ ਸਵਾਲ ਖੜਾ ਹੁੰਦਾ ਕਿ ਜਦ ਪੇਪਰ ਲੀਕ ਹੁੰਦਾ ਤੇ 23 ਜੂਨ ਨੂੰ ਦੁਬਾਰਾ ਤੋਂ ਪੇਪਰ ਲੈਣ ਦੀ ਗੱਲ ਕੀਤੀ ਜਾਂਦੀ ਤੇ 1563 ਵਿਦਿਆਰਥੀ ਜਿਹੜੇ ਜਿਨ੍ਹਾਂ ਦੀ ਕਿ ਪ੍ਰੀਖਿਆ ਲੈਣ ਦੀ ਗੱਲ ਆਖੀ ਜਾਂਦੀ ਆ, ਉਹਨਾਂ ਦੇ ਵਿਚਕਾਰ ਸਿਰਫ 813 ਵਿਦਿਆਰਥੀ ਹੀ ਪੇਪਰ ਦਿੰਦੇ ਨੇ। ਇਹ ਇੱਕ ਵੱਡਾ ਸਵਾਲ ਹੈ ਅਸ਼ਵੀਲਾ ਕਿ ਜਿਸ ਤਰੀਕੇ ਨਾਲ ਇਹ ਪੂਰੇ ਵਿਵਾਦ ਤੋਂ ਬਾਅਦ ਕੇਵਲ 813 ਵਿਦਿਆਰਥੀਆਂ ਦਾ ਪੇਪਰ ਦੇਣਾ ਅਤੇ 750 ਵਿਦਿਆਰਥੀ ਨਾ ਪੇਪਰ ਦੇਣਾ, ਹੋ ਸਕਦਾ ਕਿ ਕੁਛ ਵਿਦਿਆਰਥੀਆਂ ਨੂੰ ਇਹ ਵਾਜਬ ਨਾ ਲੱਗਦਾ ਹੋਵੇ ਕਿ ਇਸ ਪੂਰੇ ਵਿਵਾਦ ਤੋਂ ਬਾਅਦ ਪੂਰਾ ਪੂਰਨ ਇਨਸਾਫ਼ ਨਾ ਮਿਲਣ ਕਰਕੇ ਇਹ NTA ਦੀ ਪ੍ਰੀਖਿਆ ਦੇ ਵਿੱਚ ਇਸ ਕਰਕੇ 750 ਵਿਦਿਆਰਥੀ ਹੁੰਦੇ ਆ ਉਹ ਪੇਪਰ ਨਾ ਦਿੰਦੇ ਹੋਣ, ਅਤੇ ਪਰ ਇਹ ਪੂਰੇ ਵਿਵਾਦ ਤੋਂ ਬਾਅਦ ਅੱਜ ਜਿਹੜਾ ਕਿ ਇਹਦਾ ਰਿਜ਼ਲਟ ਆ ਚੁੱਕਿਆ, ਜੋ ਜਿਹੜੇ ਵੀ ਵਿਦਿਆਰਥੀ ਜਿਹਨਾਂ ਨੇ ਪੇਪਰ ਦਿੱਤਾ ਉਹ ਅੱਜ ਉਹਨਾਂ ਦੇ ਪੋਰਟਲ ਤੇ ਜਾ ਕੇ NTA ਦੇ ਪੋਰਟਲ ਤੇ ਜਾ ਕੇ ਇਹ ਰਿਜ਼ਲਟ ਜਿਹੜਾ ਦੇਖ ਸਕਦੇ ਨੇ। ਦਿਲਜੀਤ, ਜਦੋਂ ਪਿਛਲੀ ਵਾਰ ਰਿਜ਼ਲਟ ਆਉਂਦਾ ਤਾਂ 67 ਟੌਪਰ ਰਹੇ, ਪਰ ਇਸ ਵਾਰ ਉਹਨਾਂ ਦੀ ਗਿਣਤੀ ਘੱਟ ਕੇ 61 ਹੋ ਗਈ ਹੈ, ਯਾਨੀ ਕਿ 67 ਤੋਂ 61 ਵਿਦਿਆਰਥੀ ਜਿਹੜੇ ਨੇ ਇਸ ਵਾਰ ਟੌਪਰ ਲਿਸਟ 'ਚ ਨੇ, ਕੀ ਕਾਰਨ ਮੰਨਿਆ ਜਾਵੇ? ਅਸ਼ਮੀਲਾ, ਜਿਸ ਤਰੀਕੇ ਦੇ ਨਾਲ ਇਹ ਪੂਰਾ ਵਿਵਾਦ ਜਦ ਸ਼ੁਰੂ ਹੁੰਦਾ ਗਾ, ਜਿਸ ਬਿਹਾਰ ਦੇ ਵਿੱਚੋਂ ਜਾਂ UP ਦੇ ਵਿੱਚੋਂ ਬਹੁਤ ਸਾਰੇ ਮੁਲਜ਼ਮ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ NTA ਦੇ ਵਿੱਚ ਇੱਕ ਘਪਲਾ ਹੋ ਰਿਹਾ ਹੁੰਦਾ ਕਿ ਜਿਹੜੇ ਵਿਦਿਆਰਥੀ ਆਪਣੇ ਜ਼ੋਰ ਸ਼ੋਰ ਨਾਲ ਇਸ ਪੇਪਰ ਦੀ ਤਿਆਰੀ ਕਰ ਰਹੇ ਹੁੰਦੇ ਨੇ ਤੇ ਪੇਪਰ ਦੇ ਰਹੇ ਹੁੰਦੇ ਆ, ਉਹਨਾਂ ਦੀ ਜਿਹੜੇ ਕਿ ਨੰਬਰ ਉਹਨਾਂ ਨੂੰ ਜਿਹੜੇ ਕਿ ਘੱਟ ਪ੍ਰਾਪਤ ਹੁੰਦੇ ਆ। ਪਰ ਕਿਤੇ ਨਾ ਕਿਤੇ ਇਸ ਕੇਸ ਦੇ ਵਿੱਚ ਬਹੁਤ ਸਾਰੇ ਸਬੂਤ ਜਿਹੜੇ ਕਿ ਨਿਕਲ ਕੇ ਸਾਹਮਣੇ ਆਏ, ਕੋਈ ਬਿਹਾਰ ਦੇ ਕੁਛ ਮੁਲਜ਼ਮ ਅਤੇ UP ਦੇ ਕੁਛ ਮੁਲਜ਼ਮ ਇਸ ਕੇਸ ਦੇ ਵਿੱਚੋਂ ਜਿਹੜੇ ਕਿ ਫੜੇ ਗਏ ਸੀਗੇ। ਪਰ ਕਿਤੇ ਨਾ ਕਿਤੇ ਬਹੁਤ ਸਾਰੇ ਹਜੇ ਵੀ ਸਵਾਲ ਜੋ ਵਿਦਿਆਰਥੀਆਂ ਦੇ ਬਾਕੀ ਨੇ, ਹਜੇ ਵੀ ਵਿਦਿਆਰਥੀ ਇਸ ਜ਼ੋਰ ਸ਼ੋਰ ਨਾਲ ਗੱਲ ਆਖ ਰਹੇ ਨੇ ਕਿ ਹਜੇ ਵੀ ਇਸ ਤੇ ਪੂਰਨ ਵਿਵਾਦ ਨਹੀਂ ਟਲਿਆ, ਕੇਵਲ 1563 ਵਿਦਿਆਰਥੀਆਂ ਦਾ ਪੇਪਰ ਲੈਣ ਨਾਲ ਇਹ ਮਸਲਾ ਨਹੀਂ ਹੱਲ ਹੋਵੇਗਾ। ਪਰ ਫਿਰ ਵੀ ਇਸ ਦੇ ਵਿੱਚੋਂ 750 ਵਿਦਿਆਰਥੀਆਂ ਦਾ ਪੇਪਰ ਨਹੀਂ ਹੋਇਆ, ਕਿਉਂਕਿ ਕਿਤੇ ਨਾ ਕਿਤੇ ਇੱਕ ਵਿਦਿਆਰਥੀ ਦਾ ਜਿਹੜਾ ਤਿਆਰੀ ਕਰ ਰਿਹਾ ਹੁੰਦਾ।
ਹੌਸਲਾ ਇਸ ਵਿਚਕਾਰ ਟੁੱਟ ਜਾਂਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਪੇਪਰ ਲੀਕ ਹੋ ਗਿਆ, ਇੰਨੇ ਵੱਧ ਤੋਂ ਵੱਧ ਪੂਰਨ ਕਾਰਵਾਈ ਵੀ ਨਹੀਂ ਹੁੰਦੀ, ਉਸ ਨੂੰ ਲੈ ਕੇ ਵੀ ਹੋ ਸਕਦਾ ਕਿ ਇਹ ਜੋ 750 ਵਿਦਿਆਰਥੀਆਂ ਨੇ ਪੇਪਰ ਨਹੀਂ ਦਿੱਤਾ। ਜੀ ਜੀ ਬਹੁਤ ਬਹੁਤ ਸ਼ੁਕਰੀਆ ਦਲਜੀਤ ਤਮਾਮ ਜਾਣਕਾਰੀ ਦੇ ਲਈ। ਤੇ NTA ਨੇ ਦੁਬਾਰਾ ਜਿਹੜਾ ਪੇਪਰ ਦਾ ਨਤੀਜਾ ਜਾਰੀ ਕਰ ਦਿੱਤਾ ਹੈ, ਹਾਲਾਂਕਿ 65 ਤੋਂ ਘੱਟ ਕੇ 67 ਤੋਂ ਘੱਟ ਕੇ ਟੋਪਰਸ ਦੀ ਜਿਹੜੀ ਗਿਣਤੀ ਹੈ ਉਹ 61 ਹੋ ਚੁੱਕੀ ਹੈ।